हाँ जी, ਅਸੀਂ ਗੱਲ ਜੀ ਇੱਕ ਵਾਰੀ ਫੇਰ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਤੇ ਤੁਹਾਡਾ ਆਪਣਾ ਚੈਨਲ ਪੀਵੀ 13 ਕਾਰ ਬਜ਼ਾਰ ਅਫੀਸ਼ੀਅਲ ਚੈਨਲ ਹੈ ਸਾਡਾ। ਇਸ ਚੈਨਲ ਤੇ ਅਸੀਂ ਗੱਡੀਆਂ ਦੀ ਵੀਡੀਓ ਪਾਉਨੇ ਹੁੰਨੇ ਆ ਤੇ ਐਦਕੀ ਵੀ ਕਾਰਾਂ ਦਾ ਫੁੱਲ ਸਟਾਕ ਲੈ ਕੇ ਪਹੁੰਚੇ ਆ। ਥੋੜਾ ਜਿਹਾ ਹਨਾ ਹੜ ਪੀੜਤਾ ਤੋਂ ਬਾਅਦ ਪਹਿਲਾ ਵਲੌਗ ਹੈ ਆਪਣਾ ਜਿਹੜਾ YouTube ਤੇ ਆ ਰਿਹਾ ਹੈ ਤੇ ਤੁਹਾਡੇ ਪਿਆਰ ਦੀ ਲੋੜ ਹੈ, ਐਦਾਂ ਹੀ ਪਿਆਰ ਬਣਾਈ ਰੱਖਿਓ ਤੇ ਆਪਾਂ ਨਵੀਆਂ ਤੋਂ ਨਵੀਆਂ ਗੱਡੀਆਂ ਹਰੇਕ ਵਾਰ ਲੈ ਕੇ ਆਉਂਦੇ ਰਵਾਂਗੇ ਤੇ ਇਸ ਵਲੌਗ ਦੇ ਵਿੱਚ ਵੀ ਬਹੁਤ ਵਧੀਆ ਕਾਰਾਂ ਰਹਿਣ ਵਾਲੀਆਂ ਨੇ, ਤੁਹਾਨੂੰ ਜਾਣਕਾਰੀ ਦਿੰਦੇ ਆ। ਤੇ ਆਪਣੇ ਨਾਲ ਗਗਨ ਸਵੈਗੀ ਜੀ। ਹਾਂਜੀ ਸਵੈਗੀ ਜੀ, ਸਤਿ ਸ਼੍ਰੀ ਅਕਾਲ ਜੀ ਵੀਰੇ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਵਧੀਆ ਜੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਅੱਜ ਕਾਫੀ ਟਾਈਮ ਬਾਅਦ ਅਸੀਂ ਵਲੌਗ ਬਣਾ ਰਹੇ ਹਾਂ। ਸੋ ਪਹਿਲਾਂ ਪਾਣੀ ਜ਼ਿਆਦਾ ਆ ਰਿਹਾ ਸੀ ਮੂਣਕੇਰੀ ਦੇ ਵਿੱਚ, ਪਰਮਾਤਮਾ ਦੀ ਮਿਹਰ ਨਾਲ ਹੁਣ ਹਾਲਾਤ ਠੀਕ ਨੇ। ਅੱਜ ਤਰੀਕ ਹੈਗੀ ਹੈ 25 ਜੁਲਾਈ, 25 ਜੁਲਾਈ ਨੂੰ ਉਰੇ ਹਾਲਾਤ ਠੀਕ ਨੇ, ਰੋਡ ਸਾਰੇ ਹੁਣ ਓਕੇ ਨੇ। ਪਹਿਲਾਂ ਰੋਡ ਵੀ ਵਲੌਗ ਹੋ ਰਹੇ ਸੀਗੇ ਅਤੇ ਤੁਹਾਡੇ ਸਾਹਮਣੇ ਅੱਜ ਸਟਾਕ ਬਹੁਤ ਤਕੜਾ ਲੈ ਕੇ ਆਏ ਹਾਂ। ਅੱਜ ਬਰਨਾ ਤਾਂ ਹੈਗੀਆਂ ਨੇ ਪਰ ਬਰਨਾ ਜਿਵੇਂ ਕਹਿ ਦਈਏ ਪੂਰੀਆਂ ਗੱਡਮੀਆਂ ਘੈਂਟ ਚੀਜ਼ਾਂ ਲੈ ਕੇ ਆਏ ਹਾਂ, ਵੀ ਸਰਾ ਗੱਲਬਾਤ ਚੀਜ਼ਾਂ ਲੈ ਕੇ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਘੱਟੋ ਘੱਟ 15 ਤੋਂ 20 ਕਾਰਾਂ ਰਹਿਣਗੀਆਂ, ਇਕੱਲੀਆਂ ਵਰਨਾ ਹੀ ਵਰਨਾ। ਜਿੱਦਾਂ ਕਿ ਸਕਰੀਨ 'ਤੇ ਹੁਣ ਤੁਸੀਂ ਕਾਰਾਂ ਦੇਖ ਰਹੇ ਹੋ, ਇਹ ਸਾਰਾ 13 ਮਾਡਲ ਦਾ ਸਟੋਕ ਹੈ, ਸਾਰਾ 13 ਮਾਡਲ ਦਾ ਸਟੋਕ ਹੈ, ਇੱਕ 12 ਮਾਡਲ ਹੈ। ਇਕੱਲੀ ਇਕੱਲੀ ਗੱਡੀ ਬਾਰੇ ਜਾਣਕਾਰੀ ਦਿੰਦੇ ਹਾਂ। ਹਾਂਜੀ ਸਵੈਗੀ ਜੀ, ਦੱਸੋ ਜੀ ਇਸ ਗੱਡੀ ਦੀ ਜਾਣਕਾਰੀ ਸਾਰੀ। ਬਾਈ ਜੀ ਇਹ ਗੱਡੀ ਹੈਗੀ ਆ ਫਸਟ ਆਨਰ ਮਾਡਲ 2013। ਠੀਕ ਹੈ ਜੀ, ਚੱਲੀ ਕਿੰਨੀ ਹੈ? ਰਿਕਾਰਡ ਦੇ ਨਾਲ ਚੱਲੀ ਹੋਈ ਹੈ ਟੋਟਲ 60,000 ਕਿਲੋਮੀਟਰ। ਲਓ ਜੀ, 60,000 ਗੱਡੀ ਚੱਲੀ ਹੋਈ ਹੈ ਅਤੇ ਏਜੰਸੀ ਰਿਕਾਰਡ ਦੇ ਨਾਲ ਚੱਲੀ ਹੋਈ ਹੈ। ਅਤੇ ਕੰਡੀਸ਼ਨ ਵਿਖਾ ਦੇ ਇੱਕ ਵਾਰੀ ਸਾਈਡ ਤੋਂ, ਕੈਮਰਾਮੈਨ ਨੂੰ ਸਾਈਡ ਤੋਂ ਕੰਡੀਸ਼ਨ ਵਿਖਾ ਦੇ ਸਾਰੀ, ਵਿਖਾ ਦੇ ਕਾਰ ਦੀ, ਵੀ ਆਪਾਂ ਦੇਖੋ ਵੀ ਕਾਰ ਦੇ ਵਿੱਚ ਲਾਏ ਪਵਾਉਂਦੇ ਹਾਂ, ਟਾਇਰ ਪਵਾਉਂਦੇ ਹਾਂ ਅਤੇ ਸੀਟ ਕਵਰ ਵੀ ਕਾਰ ਦੇ ਆਪਾਂ ਬਿਲਕੁਲ ਓਕੇ ਪਵਾਉਂਦੇ ਹਾਂ। ਅਤੇ ਦੂਜੀ ਗੱਲ ਜਿਹੜੀ ਮੇਨ ਗੱਲ ਆ ਵੀ ਕਾਰ ਆਪਾਂ ਏਜੰਸੀ ਰਿਕਾਰਡ ਦੇ ਨਾਲ ਫਸਟ ਆਨਰ ਆ, ਬਿਲਕੁਲ ਸੀਟ ਕਵਰ ਚੱਕਦੇ ਹਾਂ। ਵੀ ਐਂ ਨਹੀਂ ਯਾਰ ਵੀ ਇੰਜਣ ਦਾ ਕੰਮ ਕਰਾਉਣਾ ਪੈ ਜੂਗਾ, ਵੀ ਸਸਪੈਂਸ਼ਨ ਦਾ ਕੰਮ ਕਰਾਉਣਾ ਪੈ ਜੂਗਾ, ਜਿਹੜੇ ਤੁਸੀਂ ਪੈਸੇ ਲਾਤੇ ਬਸ ਲਾਤੇ, ਉਦੋਂ ਬਾਅਦ ਤੁਹਾਨੂੰ ਪਵਾਉਣਾ ਪਊਗਾ ਤੇਲ। ਤੇ ਥੋੜ੍ਹੀ ਜਾਣਕਾਰੀ ਦੇ ਦਈਏ ਵੀ ਰੇਟ ਅਸੀਂ ਸਸਪੈਂਸ ਰੱਖਾਂਗੇ, ਸਕਰੀਨ 'ਤੇ ਨੰਬਰ ਚੱਲ ਰਹੇ ਨੇ, ਗੱਡੀ ਦਾ ਨੰਬਰ ਦੱਸੋ ਅਤੇ ਫੋਨ ਕਰੋ, ਫੋਨ 'ਤੇ ਕਰ ਲਓ, ਇਕੱਲੇ ਇਕੱਲੇ ਭਰਾ ਨੂੰ ਰੇਟ ਦੱਸ ਦਾਂਗੇ। ਫੋਨ ਕਰ ਲਓ ਅਤੇ ਵਿਜ਼ਿਟ ਕਰ ਲਓ ਆਪਣਾ ਕਾਰ ਬਾਜ਼ਾਰ, ਦਿਖਾ ਦੇ ਆਹ ਪਾਤਰਾ ਰੋਡ ਦੇ ਉੱਪਰ, ਮੂਣਕ ਤੋਂ ਜਿਹੜਾ ਪਾਤਰਾ ਨੂੰ ਰੋਡ ਜਾਂਦਾ ਉਹ ਰੋਡ ਦੇ ਵਿੱਚ ਮੇਨ ਰੋਡ ਦੇ ਉੱਪਰ ਆਪਣੀ ਕਾਰ ਬਾਜ਼ਾਰ ਆ, ਸ਼ੋਅਰੂਮ ਆਪਣਾ PV13 ਕਾਰ ਬਾਜ਼ਾਰ। ਕਈ ਵਾਰੀ ਫੋਨ ਨਹੀਂ ਚੱਕੇ ਜਾਂਦੇ ਰਾਤ ਨੂੰ, ਕਈ ਵਾਰੀ ਦਿੱਲੀ ਗਏ ਹੁੰਦੇ ਨੇ ਬਾਈ ਹੁਰੀ, ਸੋ ਫੋਨ ਨਹੀਂ ਚੱਕੇ ਜਾਂਦਾ। ਇੱਕ ਵਾਰੀ ਵਿਜ਼ਿਟ ਕਰ ਲਓ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ, ਯਾਰ ਤੁਸੀਂ ਜਿੰਨੀਆਂ ਕਹੋਗੇ ਉਨੀਆਂ ਵਰਨਾ ਦਿਖਾ ਦਾਂਗੇ, ਤੁਸੀਂ ਇੱਕ ਵਾਰੀ ਆ ਜਿਓ ਬਸ। ਐਂ ਹੁਣ ਤੁਸੀਂ ਦੇਖੋਗੇ ਵੀਡੀਓ ਦੇਖ ਕੇ ਵੀ ਯਾਰ ਐਂ ਫੋਨ 'ਚੋਂ ਤਾਂ ਦੇਖ ਵਰਨਾ ਨਿਕਲਣ ਲੱਗੀ, ਇੱਕ ਵਾਰੀ ਹਿੰਮਤ ਤਾਂ ਕਰਨੀ ਪਊਗੀ, ਆਉਣਾ ਤਾਂ ਪਊਗਾ ਅਤੇ ਕਾਰ ਦੇਖਣੀ ਪਊਗੀ। ਅਤੇ ਦੂਜੀ ਕਾਰ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਇੱਕ ਹੋਰ ਆ ਗਈ ਵਰਨਾ DL ਨੰਬਰ। ਹਾਂਜੀ, ਇਹਦੀ ਜਾਣਕਾਰੀ ਦੱਸ ਸਕੀ ਜੀ? ਬਾਈ ਜੀ ਇਹ ਵੀ 2013 ਮਾਡਲ ਆ, ਓਨਰ ਮੈਂ ਹੁਣ ਤੈਨੂੰ ਵਾਰ ਵਾਰ ਕੀ ਕਹਾਂ ਵੀ ਫਸਟ ਓਨਰ ਆ ਬਾਈ ਜੀ, ਅਤੇ ਰੇਟ ਕਾਰ ਦਾ ਬਿਲਕੁਲ ਜਾਇਜ਼ ਆ ਅਤੇ ਕਾਰ ਦੀ ਇੰਜਣ ਗੇਅਰ ਦੀ ਗਰੰਟੀ ਆਪਣੀ ਹੋਊਗੀ ਫੁੱਲ, ਫੁੱਲ ਇੰਜਣ ਗੇਅਰ ਦੀ ਗਰੰਟੀ ਹੋਊਗੀ ਅਤੇ ਕੰਡੀਸ਼ਨ ਵਾਈਜ਼ ਬਿਲਕੁਲ ਨਵੀਂ ਹੈ। ਅਤੇ ਨਾਲੇ ਗੱਲ ਹੋਰ ਵੀ ਹੈ ਵੀ ਕਾਰ ਜਿਹੜੀ ਆਪਣੇ ਕੋਲ ਹੋਊਗੀ, ਕਾਰ ਹੋਊਗੀ ਬਿਲਕੁਲ ਸੀਲਡ ਕਾਰ, ਸਿੱਕੇ ਬੰਦ ਜਿਹਨੂੰ ਕਹਿ ਸਕਦੇ ਆ, ਸਿੱਕੇ ਬੰਦ ਜਿਹਨੂੰ ਕਹਿ ਦਈਏ ਵੀ ਅੱਗ ਦੀ ਲਾਟ ਉਹ ਚੀਜ਼ ਹੋਊਗੀ। ਲਓ ਜੀ, ਅੱਗ ਦੀ ਲਾਟ ਵਰਨਾ ਜੇ ਲੈਣੀਆਂ ਨੇ ਇੱਕ ਵਾਰੀ ਆ ਜਾਓ PV13 ਕਾਰ ਬਜ਼ਾਰ, ਕਿਉਂਕਿ ਜਦੋਂ ਤੁਸੀਂ ਬੈਠੋਗੇ ਰੇਸ ਦਿਓਗੇ ਨਾ ਨਿਕਲੂਗੀ ਹੱਥਾਂ 'ਚੋਂ, ਜੇ ਨਾ ਨਿਕਲੀ ਤਾਂ ਸਾਨੂੰ ਕਾਰ ਵਾਪਸ ਦੇ ਜਾਓ, ਦੁੱਗਣੇ ਰੁਪਈਏ ਵਾਪਸ ਦੇਵਾਂਗੇ। ਕਾਰ ਦਾ ਕੋਈ ਵੀ ਸੀਸਾ ਕੋਈ ਵੀ ਪੀਸ ਪੱਲਾ ਚੇਂਜ ਨਹੀਂ ਮਿਲੂਗਾ ਤੁਹਾਨੂੰ। ਹਾਂਜੀ, ਅਤੇ ਅੱਗੇ ਆ ਗਈ ਫੇਰ ਵਰਨਾ, ਅੱਗੇ ਆ ਗਈ ਫੇਰ ਵਰਨਾ, ਵਰਨਾ ਵਰਨਾ ਵਰਨਾ, ਕਹਿੰਦਾ ਤੇਰਾ ਵਰਨਾ ਬਿਨਾਂ ਨਹੀਂ ਸਰਨਾ, ਵਰਨਾ ਬਿਨਾਂ ਕਿੱਥੇ ਸਰਦਾ ਬਈ, ਨਾ ਤਾਂ ਸਾਡਾ ਸਰਦਾ ਨਾ ਹੁਣ ਤੁਹਾਡਾ ਸਰਨਾ। 2013 ਮਾਡਲ, 2000 ਮੈਂ ਜਾਣਕਾਰੀ ਦਿੰਦੇ ਹਾਂ, ਰਲਵੀਂ ਮਿਲਵੀਂ ਜਾਣਕਾਰੀ ਦਿੰਦੇ ਹਾਂ ਕਿਉਂਕਿ ਦੋਨਾਂ ਸਾਰੀ ਡਿਟੇਲ ਸਾਨੂੰ ਸਾਰਿਆਂ ਨੂੰ ਪਤਾ ਹੁੰਦੀ ਹੈ, ਰਲਵੀਂ ਮਿਲਵੀਂ ਜਾਣਕਾਰੀ ਦਿੰਦੇ ਹਾਂ ਭਰਾਵਾਂ ਨੂੰ। ਇਹ ਕਾਰ ਦੀ ਕੋਈ ਮੈਨੂੰ ਵੱਖਰੀ ਗੱਲ ਦੱਸੋ ਵੀ ਕਿੰਨੇ ਮਾਡਲ ਕਰ ਰਹੇ ਇਹਦੀ ਗੱਲ, ਇਹ 13 ਮਾਡਲ ਕਰ ਰਹੇ, ਸਭ ਤੋਂ ਵੱਖਰੀ ਗੱਲ ਵੀ ਇੰਜਨ ਦੀ ਬਹੁਤ ਨਵੀਂ ਹੈ ਇਹ। ਅੱਛਾ, ਇੰਜਨ ਦੀ ਬਹੁਤ ਨਵੀਂ ਆ, ਇੰਜਨ ਦੀ ਬਹੁਤ ਜ਼ਿਆਦਾ ਨਵੀਂ ਹੈ। ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਥੋੜੀ ਗੱਲ ਵਿੱਚ ਆ ਵੀ ਇੰਜਨ ਦਾ ਜੇ ਪਤਾ ਲਾਉਣਾ ਹੋਵੇ ਵੀ ਇੰਜਨ ਕਾਰ ਦਾ 100% ਪਿਆ ਤਾਂ ਫਿਰ ਕੀ ਜਾਣ ਪਤਾ ਲੱਗਦਾ? ਇੱਕ ਛੋਟੀ ਜੀ ਸੈਲਫ ਮਾਰੋ ਤੁਹਾਨੂੰ ਉਹਦੀ ਦੱਸ ਦੂਗੀ, ਇੱਕ ਸੈਲਫ ਦੇ ਉੱਤੇ ਇੰਜਨ ਦੱਸ ਦੂਗਾ ਉਹਦਾ ਕਿਵੇਂ ਹੈ। ਤੁਹਾਡਾ ਤਾਂ ਬਾਈ ਆਪਣਾ ਤਾਂ ਕੰਮ ਆ, ਆਪਾਂ ਦੱਸ ਦਾਂਗੇ। ਹੁਣ ਜਿਹੜੇ ਮੇਰੀ ਗੱਲ ਸੁਣ, ਬਾਈਆਂ ਨੇ ਕਿਤੇ ਹੋਰ ਟਰਾਈ ਮਾਰਨੀ ਆ, ਉਹਨਾਂ ਵਾਸਤੇ ਕੋਈ ਪੁਆਇੰਟ ਦੱਸੋ ਵੀ ਉਹਨਾਂ ਇੰਜਨ ਦਾ। ਸਭ ਤੋਂ ਗੱਲ ਵੀਰੇ, ਜਦੋਂ ਆਪਾਂ ਸਟਾਰਟ ਕਰਦੇ ਨਾ, ਸਟਾਰਟਿੰਗ 'ਚੋਂ ਜਦੋਂ ਸਟਾਰਟ ਕਰਕੇ ਆਪਾਂ ਮਾੜਾ ਕੁ ਸੁਣਾਂਗੇ, ਜੇ ਤਾਂ ਕਾਰ ਦੀ ਮੰਨ ਲਓ ਮਿੱਠੀ ਆਵਾਜ਼ ਹੈ ਤਾਂ ਮੰਨ ਲਓ ਵੀ ਇੰਜਨ ਦੇ ਓਕੇ, ਜੇ ਕਿੜਕਿੜੇ ਜਾਂ ਆਵਾਜ਼ ਆਉਂਦੀ ਹੈ ਕਿਚਰ ਕਿਚਰ ਦੀ ਵਿੱਚੋਂ ਆਉਂਦੀ ਹੈ ਤਾਂ ਵੀਰੇ, ਕਈ ਵਾਰ ਇੰਜੈਕਟਰਾਂ ਦੀ, ਕਈ ਵਾਰ ਅੰਦਰੋਂ ਆਵਾਜ਼ ਆਉਂਦੀ ਹੈ ਇੰਜਨ 'ਚ, ਤਾਂ ਮੰਨ ਲਓ ਕੋਈ ਨਾ ਕੋਈ ਪ੍ਰੋਬਲਮ ਹੈ। ਜਦੋਂ ਜਮਾਂ ਮਿੱਠੀ ਆਵਾਜ਼ 'ਚ ਸਟਾਰਟ ਰਹੀ ਕਾਰ ਸਾਈਲੈਂਟ ਬਿਲਕੁਲ, ਪਤਾ ਵੀ ਨਹੀਂ ਲੱਗਦਾ, ਤਾਂ ਸਮਝ ਲਓ ਇੰਜਨ ਓਕੇ ਹੈ। ਬਾਕੀ ਬਲੋ ਬਲਾ ਵੇਖ ਲਿਆ ਕਰੋ, ਤੁਹਾਨੂੰ ਬਲੋ ਦੇਖ ਲਿਆ ਕਰੋ। ਬਾਕੀ ਜਦੋਂ ਆਪਾਂ ਚਾਬੀ ਘੁਮਾਉਂਦੇ ਹਾਂ
ਰਾਊਂਡ ਰਾਊਂਡ ਹੀ ਦੱਸ ਦਿੰਦਾ ਗੱਡੀ ਦਾ ਦੱਸਦਾ ਜੇ ਵੱਡੀ ਲੰਮਾ ਰਾਊਂਡ ਲੈ ਲਈਏ ਤਾਂ ਕੋਈ ਨਾ ਕੋਈ ਇੰਜਣ ਦੇ ਵਿੱਚ ਜਾਂ ਕੋਈ ਇਲੈਕਟ੍ਰੀਕਲ ਪ੍ਰੋਬਲਮ ਹੈਗੀ ਹੈ ਗੱਡੀ ਵਿੱਚ ਸੋ ਬਈਆ PV03 ਕਿੱਥੋਂ ਦਾ ਨੰਬਰ ਹੈ PV03 ਇਹ ਬਠਿੰਡੇ ਦਾ ਨੰਬਰ ਹੈ ਜੀ ਬਠਿੰਡੇ ਜ਼ਿਲ੍ਹੇ ਦਾ ਨੰਬਰ ਆ ਬਾਈ ਪੰਜਾਬ ਨੰਬਰ ਕਹਿ ਦਿੰਦੇ ਹੋ ਪੰਜਾਬ ਨੰਬਰ ਤੁਹਾਨੂੰ ਦੱਸ ਦਿੰਦਾ ਹੁਣ ਮੈਂ ਇੱਕ ਗੱਲ ਹੋਰ ਗੱਲ ਕਲੀਅਰ ਕਰਨੀ ਚਾਹੁੰਦਾ ਆ ਸਾਡਾ ਨਾ ਟੈਸਟ ਬਦਲ ਗਿਆ ਸਾਨੂੰ ਨਾ ਪੰਜਾਬ ਨੰਬਰ 11 ਸਾਡਾ ਕਾਰ ਬਾਜ਼ਾਰ ਹੈਗਾ PV13 PV ਪਹਿਲਾਂ ਉਹਦੇ ਲੱਗਦਾ ਮੂਹਰੇ ਪੰਜਾਬ ਸੋ ਸਾਡਾ ਟੇਸਟ ਇੱਦਾਂ ਦਾ ਬਣ ਗਿਆ ਸਾਨੂੰ ਨਾ ਬਾਈ ਕਾਰਾਂ ਦਿੱਲੀ ਨੰਬਰ ਪਸੰਦ ਬਹੁਤ ਆਉਂਦੀਆਂ ਨੇ ਸਾਨੂੰ ਪੰਜਾਬ ਵਾਲੇ ਕਾਰਾਂ ਦੇ ਬਹੁਤ ਫੋਨ ਆਉਂਦੇ ਨੇ ਬਾਈ ਸਾਡੇ ਕੋਲ ਕਾਰ ਬਿਕਾ ਥੋੜ੍ਹੀ ਜਿਹਾ ਲੈ ਜਾਓ ਸਾਨੂੰ ਨਾ ਬਈ ਪੰਜਾਬ ਨੰਬਰ ਕਾਰ 'ਤੇ ਪੂਰਾ ਯਾਨੀ ਕਿ ਜਿਵੇਂ ਹੁਣ ਅਸੀਂ ਆਹ ਕਾਰ ਦੀ ਕਹਿ ਦਿੰਦੇ ਹਾਂ ਯਾਰ ਵੀ ਗਰੰਟੀ ਆ ਯਾਰ ਇੰਜਣ ਦੀ 6 ਮਹੀਨੇ ਦੀ ਸਾਡੀ ਗਰੰਟੀ ਆ ਹੁਣ ਸਾਡੀ ਪੰਜਾਬ ਨੰਬਰ ਕਾਰ ਹੁੰਦੀ ਆ ਜਿਹੜੀ ਉਹ ਥੋੜ੍ਹੀ ਰਫ ਚੱਲੀ ਹੁੰਦੀ ਆ ਦੂਜੀ ਗੱਲ ਹੁੰਦੀ ਆ ਵੀ ਉਹ ਰਸਟਿੰਗ ਪੈ ਜਾਂਦੀ ਆ ਆਪਣੇ ਥੋੜ੍ਹੇ ਪਾਣੀਆਂ ਦਾ ਫਰਕ ਆ ਰਸਟਿੰਗ ਪੈ ਜਾਂਦੀ ਆ ਜਰ ਪੈ ਜਾਂਦੀ ਆ ਗੱਡੀ ਨੂੰ ਜਿਹੜੀ ਦਿੱਲੀ ਨੰਬਰ ਗੱਡੀ ਹੁੰਦੀ ਆ ਇੰਜਣ ਗੇਅਰ ਦੀ ਅਜਾਂ ਸੀ ਰਿਕਾਰਡ ਦੀ ਸਿੱਕੇ ਬੰਦ ਗੱਡੀ ਮਿਲਦੀ ਆ ਬਾਕੀ ਜਿਹੜੀ ਪੰਜਾਬ ਨੰਬਰ ਸਿੱਕੇ ਬੰਦ ਹੁੰਦੀ ਆ ਉਹੀ ਅਸੀਂ ਲੈ ਕੇ ਆਉਂਦੇ ਹਾਂ ਅਤੇ ਆ ਜਾਓ ਤੁਹਾਨੂੰ ਅਗਲਾ ਸ਼ਿਫਟ ਮਿਲਦੀ ਆ ਤਾਂ ਕਰਕੇ ਸਾਨੂੰ ਦਿੱਲੀ ਨੰਬਰ ਕਾਰ ਆਪ ਦੇਖ ਕੇ ਲੈ ਕੇ ਆਉਣਾ ਤਾਂ ਜੇ ਸਾਨੂੰ ਭਰੋਸਾ ਹੋ ਜਾਂਦਾ ਕਾਰ 'ਤੇ ਵੀ ਬਿਲਕੁਲ ਕਾਰ ਓਕੇ ਆ ਅਤੇ ਹਾਂ ਹੁਣ ਅੱਗੇ 470 ਕਾਰ ਖੜੀ ਕੀ ਡਿਟੇਲ ਆ ਬਾਈ ਕਾਰ ਦੀ ਇਹ 13 ਮਾਡਲ ਹੈ ਜੀ ਅਤੇ 70,000 ਚੱਲੀ ਹੈ ਅਤੇ ਕਾਰ ਦੀ ਅਨਯੂਜ ਸਟੱਪਣੀ ਆ ਜੋ ਦਿਖਾ ਵੀ ਦਿੰਦੇ ਹਾਂ ਸਟੱਪਣੀ ਇੱਕ ਵਾਰ ਇੰਟੀਰੀਅਰ ਸਿਸਟਮ ਦੀ ਵੀ ਕਾਰ ਦਿਖਾ ਦਿੰਦੇ ਹਾਂ ਤੁਹਾਨੂੰ ਇੱਕ ਵਾਰੀ ਇੰਟੀਰੀਅਰ ਸਿਸਟਮ ਦੀ ਵੀ ਝਾਤੀ ਮਰਾ ਦਿੰਦੇ ਹਾਂ ਇੰਟੀਰੀਅਰ ਸਿਸਟਮ ਕਿੰਨਾ ਕੁ ਨਵਾਂ ਹੈ ਕਾਰ ਦਾ ਇੰਟੀਰੀਅਰ ਸਿਸਟਮ ਦੀ ਬਿਲਕੁਲ ਨਵੀਂ ਹੈ HR ਨੰਬਰ ਹੈ ਜਿਹੜੇ ਹਰਿਆਣੇ ਤੋਂ ਭਰਾ ਜਾਂ ਰਾਜਸਥਾਨ ਤੋਂ ਜੁੜੇ ਉਹਨਾਂ ਨੂੰ HR ਸੌਖੀ ਨਾਮ ਹੋ ਜਾਂਦੀ ਹੈ HR 'ਤੇ ਕੋਈ ਰੁਪਏ ਲੱਗਣਾ ਵਾ ਹੁਣ ਦਾ ਜੇ HR ਮਤਲਬ ਕਿਸੇ ਨੇ ਨਾ ਕਰਾਉਣੀ ਹੈ ਕਾਰ ਬਸ 3,000 ਰੁਪਇਆ ਲੱਗੂਗਾ ਆਹੋ ਦੇਖੋ ਵੀਰੇ ਦੇਖੋ ਵਾਹ ਜੀ ਵਾਹ ਕਿਆ ਬਾਤ ਹੈ ਜਿਵੇਂ ਕਹਿੰਦੇ ਨੇ ਵੀ ਪਿੰਡ ਦਾ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਵੀ ਸਟਿੱਪਣੀ ਤੋਂ ਜਿਹੜੀ ਡਿੱਗੀ ਤੋਂ ਗੱਡੀ ਦੀ ਸਾਰੀ ਕੰਡੀਸ਼ਨ ਜਿਹੜਾ ਬੰਦਾ ਜਾਣਕਾਰ ਹੋਊਗਾ ਡੀਲਰ ਹੋਊਗਾ ਸਭ ਤੋਂ ਪਹਿਲਾਂ ਪਤਾ ਕੀ ਕਰਦਾ ਉਹ ਡਿੱਗੀ ਚੱਕਦਾ ਡਿੱਗੀ ਤੋਂ ਸਾਰਾ ਰਿਕਾਰਡ ਆ ਜਿਹੜਾ ਕਾਰ ਦਾ ਡਾਟਾ ਪਤਾ ਲੱਗ ਜਾਂਦਾ ਵੀ ਕਾਰ ਕਿੰਨੀ ਕੁ ਚੱਲੀ ਹੋਈ ਆ ਕਿੰਨੀ ਕੁ ਸਾਂਭੀ ਹੋਈ ਬਿਲਕੁਲ ਵੀਰੇ ਡਿੱਗੀ ਦੱਸ ਦਿੰਦੀ ਹੈ ਰੇਟ ਵੀ ਬਈ ਜੈਨੂਅਨ ਰੇਟ ਵੀ ਜੈਨੂਅਨ ਹੈ ਤੇ ਰੇਟ ਜੇ ਕੋਈ ਭਰਾ ਬਣ ਕੇ ਆ ਗਿਆ ਕਾਰ ਲੈਣ ਦੇ ਮੂਡ ਆ ਗਿਆ ਜਾਇਜ਼ ਰੇਟਾਂ ਦੇ ਵਿੱਚ ਬਿਲਕੁਲ HR ਨੰਬਰ ਆ ਵੀਰੇ HR 70 ਜੇ ਕਿਸੇ ਨੇ ਹਰਿਆਣੇ ਵਾਲੀ ਵੀਰਾਂ ਵਾਸਤੇ ਸਪੈਸ਼ਲ ਮੌਕਾ ਥੋੜਾ ਰੁਪਿਆ ਕੁਝ ਨਹੀਂ ਲੱਗਣਾ ਥੋੜਾ ਰੁਪਿਆ 4,000 ਲੱਗਣਾ ਤੁਹਾਡੇ ਨਾਮ ਕਾਰ ਹੋ ਜੂਗੀ ਅੱਗੇ ਆ ਗਈ 12 ਮਾਡਲ ਕਾਰ 12 ਮਾਡਲ ਬਹੁਤ ਭਾਈਆਂ ਦੀ ਡਿਮਾਂਡ ਸੀ ਵੀ 12 ਮਾਡਲ ਲੈ ਕੇ ਆਓ 12 ਮਾਡਲ ਮਤਲਬ ਮਿਡਲ ਜਿਹੜੀ ਰੇਟ ਵੀ ਕਾਰ ਦਾ ਬਹੁਤ ਜੈਨੂਅਨ ਆ ਗਿਆ ਹਾਂ ਨੋਰਮਲ ਰੇਟ ਆ ਵੀਰੇ ਜਿੰਨੇ ਤੁਸੀਂ ਭਾਲਦੇ ਹੋ ਵੀ ਘੱਟ ਪੈਸੇ ਜਿੰਨੇ ਲੋਕ ਭਾਲਦੇ ਹੁੰਦੇ ਵੀ 3-3.5-4 ਦੀ ਰੇਂਜ 'ਚ ਲੈ ਕੇ ਆਓ ਇਹ ਉਹਨਾਂ ਰੇਟਾਂ 'ਚ ਕਾਰਾਂ ਨੇ ਕੀ ਡਿਟੇਲ ਕੀ ਆ ਬਾਈ ਕਾਰ ਦੀ ਕਿੰਨੀ ਚੱਲੀ ਹੋਈ ਆ ਇਹ 60,000 ਕਾਰ ਚੱਲੀ ਆ ਔਨ ਰਿਕਾਰਡ 69,000 ਆ 69,000 ਔਨ ਰਿਕਾਰਡ ਚੱਲੀ ਹੈ ਅੱਛਾ 12 ਮਾਡਲ 12 ਮਾਡਲ 69,000 ਚੱਲੀ ਹੈ ਤੇ ਫਸਟ ਓਨਰ ਦੀ ਕਾਰ ਹੈ ਸਭ ਨੂੰ ਦੱਸਦੀ ਦਿੱਲੀ ਨੰਬਰ ਹੈ ਨੰਬਰ 1 ਮਹੀਨੇ ਦੇ ਵਿੱਚ ਲਵਾ ਦਿੰਦੇ ਕਾਰ ਦਾ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਸਾਰਾ ਕੰਮ ਜੈਨੂਅਨ ਹੈ ਟੈਨਸ਼ਨ ਨਾ ਲਓ ਸਾਰੇ ਭਰਾ ਬਣੇ ਰਹੋ ਸਾਡੇ ਨਾਲ ਹੁਣ ਇੱਕ ਨਾਗ ਦੀ ਬੱਚੀ ਦਿਖਾਉਂਦੇ ਆ ਕਾਲੀ ਨਾਗ ਦੀ ਬੱਚੀ ਗੱਲ 16 ਨੇ ਸੱਚੀ ਆ ਅੱਜ ਆ ਗਈ ਸਾਹਮਣੇ ਨਾਗ ਦੀ ਬੱਚੀ ਆ ਕਹਿੰਦਾ ਗੱਲ 16 ਨੇ ਸੱਚੀ ਆ ਅੱਜ ਤੁਹਾਡੇ ਸਾਹਮਣੇ ਨਾਗ ਦੀ ਬੱਚੀ ਆ ਬੱਚੀ ਆ ਜੋ ਵੀ ਨਾਗ ਦੀ ਬੱਚੀ ਦੀ 13 ਮਾਡਲ ਕਾਰ ਹੈ ਜੀ ਸਾਰੀ ਡਿਟੇਲ ਦਿੰਨੇ ਆ 13 ਮਾਡਲ ਕਾਰ ਹੈ ਜੀ ਫਸਟ ਓਨਰ ਦੀ ਕਾਰ ਹੈ ਦਿੱਲੀ ਨੰਬਰ ਹੈ ਤੇ ਕੰਡੀਸ਼ਨ ਵਿਖਾ ਦੇ ਸਾਰੀ ਇੱਕ ਵਾਰੀ ਸਾਈਡ ਤੋਂ ਵਿਖਾ ਦੇ ਸੀਟ ਕਵਰ ਵਿਖਾ ਦੇ ਮੈਂ ਇੱਕ ਗੱਲ ਹੋਰ ਦੇਖੀ ਆ ਬਾਈ ਪ੍ਰਦੀਪ ਵੀ ਜਿਹੜੀ ਦਿੱਲੀ ਨੰਬਰ ਕਾਰ ਬਲੈਕ ਵਰਨਾ ਵੀ ਇੰਨੀ ਔਖੀ ਕਿਉਂ ਮਿਲਦੀ ਹੈ ਕਾਰਨ ਕੀ ਹੈ ਇਹਦਾ ਕਾਰਨ ਵੀਰੇ ਜਿਹਨੇ ਰੱਖੀ ਹੋਈ ਆ ਉਹ ਵੇਚਦਾ ਹੀ ਨਹੀਂ ਅੱਛਾ ਜਿਹਨੇ ਰੱਖੀ ਹੋਈ ਹੈ ਇਹ ਟੂਮ ਆ ਇੱਕ ਵਧੀਆ ਕਾਰ ਮਿਲਦੀ ਨਹੀਂ ਮਿਲਦੀ ਨਹੀਂ ਵਧੀਆ ਕਾਰ ਬਲੈਕ ਕਾਰ ਬਈ ਮਿਲ ਤਾਂ ਜਾਂਦੀ ਆ ਪਰ ਬਲੈਕ ਜਿਹੜੀ ਹੁੰਦੀ ਆ ਕਾਰ ਉਹਦੀ ਕਾਰ ਦੀ ਸੰਭਾਈ ਬਹੁਤ ਜ਼ਰੂਰੀ ਹੁੰਦੀ ਆ ਸੋਹਣੀ ਕਾਰ ਬਲੈਕ ਉਹੀ ਕਸਟਮਰ ਪਸੰਦ ਕਰੂਗਾ ਅਦਰਵਾਈਜ਼ ਜਿਹੜੀ ਕਾਰ ਮਤਲਬ ਸਕਰੈਚ ਆ ਜਾਂ ਕਾਰ ਕਹਿ ਦਈਏ ਵੀ ਸੰਭਾਈ 'ਚ ਨਹੀਂ ਹੈਗੀ ਜਾਂ ਕਾਰ ਦਾ ਮਤਲਬ ਰੀਪੇਂਟ ਜ਼ਿਆਦਾ ਹੋਈ ਹੁੰਦੀ ਆ ਜਾਂ ਰਫ ਚੱਲੀ ਹੁੰਦੀ ਹੈ ਕਾਰ ਉਹ ਚੀਜ਼ਾਂ ਫਿਰ ਕਾਰ ਨਾ ਤਾਂ ਪਸੰਦ ਆਉਂਦੀਆਂ ਕਿਸੇ ਦੇ ਅਤੇ ਇਹਦੀ ਡਿਟੇਲ ਕਿੰਨੀ ਆ ਇਹ 13 ਮਾਡਲ ਜੀ ਫਸਟ ਓਨਰ ਹੈ 55,000 ਕਾਰ ਚੱਲੀ ਹੈ 55,000 ਕਾਰ 55,000 ਚੱਲੀ ਆ ਫਸਟ ਹੀ ਓਨਰ ਅੱਜ ਤੱਕ ਆ ਅੱਛਾ ਅਤੇ ਇਹ ਅਲੋਏ ਟਾਇਰ ਬਿਲਕੁਲ ਨਵੇਂ ਨੇ ਅਤੇ ਟੋਟਲ ਓਰੀਜਨਲ ਆ ਸਿਰਫ ਬੰਪਰ ਹੀ ਪੇਂਟ ਨੇ ਇੱਕ ਆਹ ਚਿੱਟੀ ਖੜੀ ਆ ਚਿੱਟੀ ਕਾਰ ਕਿੰਨੇ ਮਾਡਲ ਆ ਚਿੱਟੀ 12 ਮਾਡਲ ਹੈ ਜੀ ਇਹ 12 ਮਾਡਲ ਇਹ ਵੀ ਕਾਰ ਬਹੁਤ ਘੱਟ ਰੇਟਾਂ ਦੇ ਵਿੱਚ ਵਧੀਆ ਕਾਰ ਲੈ ਜਾਓ ਸਾਡੇ ਤੋਂ ਵਧੀਆ ਜਿਵੇਂ ਕਹਿ ਦਈਏ ਵੀ ਐਨ ਘੱਟ ਪੈਸਿਆਂ 'ਚ ਸਿਰੇ ਦੀ ਚੀਜ਼ ਦੇ ਦਈਏ ਅੱਛਾ ਇੱਕ ਗੱਲ ਦੱਸ ਦਈਏ ਚੱਲੀ ਪਤਾ 20,000 ਆ ਸਿਰਫ ਅੱਛਾ ਹੋ 20,000 ਕਿਲੋਮੀਟਰ 20,000 ਚੱਲੀ ਆ ਮਿੱਤਰੋ ਕਾਰ ਚੈਲੰਜ ਕਰਦੇ ਆ ਨੰਬਰ ਨੋਟ ਕਰ ਲਓ
ਜੇ ਏਜੰਸੀ ਰਿਕਾਰਡ ਤੇ ਵੱਧ ਆਉਂਦੀ ਹੈ ਤਾਂ ਕਾਰ ਫ੍ਰੀ ਦੇ ਦਾਂਗੇ। 12 ਮਾਡਲ 20,000 ਚੱਲੀ ਹੋਈ ਕਾਰ ਮੈਨੂੰ ਤੁਸੀਂ ਦੱਸੋ ਵੀ ਕਿੱਥੋਂ ਮਿਲ ਜੂਗੀ? ਓਨਲੀ ਓਨ ਪੀਵੀ 13,000 ਤੇ ਮਿਲੂਗੀ। ਪਰ ਗੱਲ ਇਹ ਵੀ ਆ ਵੀ ਗਰੰਟੀ ਵੀ ਮਿਲੂਗੀ, ਗਰੰਟੀ ਏਜੰਸੀ ਰਿਕਾਰਡ ਦੇ ਨਾਲ। ਜੇ ਤੁਹਾਨੂੰ 1,000 ਕਿਲੋਮੀਟਰ ਵੱਧ ਕਾਰ ਚੱਲੀ ਹੋਈ ਤਾਂ ਕਾਰ ਬਿਲਕੁਲ ਫ੍ਰੀ। ਹਾਂਜੀ, ਤੇ ਕਾਰ ਦਾ ਰੇਟ ਵੀ ਇਹਦਾ ਕਾਰ ਦਾ ਥੋੜ੍ਹਾ ਜਿਹਾ ਜ਼ਿਆਦਾ ਆ, ਕਿਉਂਕਿ ਚੀਜ਼ ਜਿਹੜੀ ਚੀਜ਼ ਆ ਨਾ ਚੀਜ਼ ਦਾ ਮੁੱਲ ਹੁੰਦਾ ਵੀਰੇ। ਮਾਡਲ ਦੇਖ ਕੇ ਪੈਸੇ ਨਹੀਂ ਅਸੀਂ ਲਾਉਂਦੇ, ਅਸੀਂ ਚੀਜ਼ ਦੇਖ ਕੇ ਪੈਸੇ ਲਾਉਂਦੇ ਹਾਂ। ਤੁਸੀਂ ਇੱਕ ਵਾਰੀ ਚੀਜ਼ ਦੇਖੋਗੇ ਨਾ ਤੁਸੀਂ ਕਹੋਗੇ ਵੀ ਯਾਰ ਕਿਆ ਬਾਤ ਆ, ਵੀ ਕਾਰ ਬਿਲਕੁਲ ਘੈਂਟ ਕਾਰ ਆ। ਅਤੇ ਆ ਜਾਓ ਅਗਲੀਆਂ ਕਾਰਾਂ ਦਾ ਸਾਹਮਣੇ, ਇੱਕ PV 11 ਪਟਿਆਲਾ ਨੰਬਰ ਕਾਰ ਖੜੀ ਆ ਬਾਈ, 2013 ਮਾਡਲ। ਇਹ ਕਾਰ ਕਿੰਨੀ ਚੱਲੀ ਹੋਈ ਆ? 2013 ਇਹ ਕਾਰ ਚੱਲੀ ਹੋਈ ਆ 90,000 ਆ, 90,000 ਕਿਲੋਮੀਟਰ, 90,000 ਕਾਰ ਚੱਲੀ ਹੋਈ ਆ। PV ਨੰਬਰ ਆ, ਲਓ ਵੀ ਪਟਿਆਲੇ ਵਾਲਿਓ ਮਿੱਤਰੋ ਚੱਕੋ ਫੋਨ, ਸਕਰੀਨ ਤੇ ਨੰਬਰ ਲਾ ਲਓ ਤੇ ਕਾਰ ਲੈ ਜਾਓ। ਕਾਰ ਦੀਆਂ ਇੱਕ ਲਾਈਟਾਂ ਵੀ ਬਿਲਕੁਲ ਨਵੀਆਂ ਨੇ ਦੀਆਂ, ਨਵੀਆਂ ਡੱਬਾ ਬੰਦੀ ਪਾਈਆਂ ਨੇ, ਆਪਾਂ ਹੀ ਪਾਈਆਂ ਨੇ, ਇੰਟੀਰੀਅਰ ਸਿਸਟਮ ਤੁਸੀਂ ਦੇਖ ਹੀ ਲਿਆ। ਜਿਹੜੀਆਂ ਕਾਰ ਦੀਆਂ ਲਾਈਟਾਂ ਸੀਗੀਆਂ ਪਹਿਲਾਂ ਥੋੜੀਆਂ ਸੀ ਹੋਈਆਂ ਸੀ ਖਰਾਬ, ਅਸੀਂ ਨੇ ਬਿਲਕੁਲ ਬ੍ਰੈਂਡ ਨਿਊ ਲਾਈਟਾਂ ਪਵਾ ਦੀਆਂ ਤੇ ਕਾਰ ਦੇ ਲਾਏ ਪਵਾਤੇ, ਤੇ ਕਾਰ ਦੇ ਪਵਾਤੇ ਟਾਇਰ, ਤੇ ਤੀਜੇ ਪਵਾਤੇ ਸੀਟ ਕਵਰ। ਕਾਰ ਬੋਲਦੀ ਆ ਵੀ ਹਾਂ ਯਾਰ ਵੀ ਗੱਲਬਾਤ ਹੈ। ਹਾਂ ਮੈਂ ਪਟਿਆਲੇ ਤੋਂ ਆਈ ਹਾਂ, ਦੱਸਦੀ ਆ ਯਾਰ ਪਟਿਆਲੇ ਤੋਂ ਆਈ ਆ, ਤੇ ਹੁਣ ਜਾਊਗੀ ਪਤਾ ਨਹੀਂ ਕਿੱਥੇ, ਤੁਸੀਂ ਦੇਖਣੀ ਆ ਵੀ ਤੁਸੀਂ ਆਪਣੇ ਘਰੇ ਲੈ ਕੇ ਜਾਣੀ ਆ। ਅੱਛਾ ਅੱਗੇ ਆ ਗਈ ਆਹ, ਲਾਏ ਬੜੇ ਡਿਫਰੈਂਟ ਪਏ ਨੇ ਬਾਈ। ਇੱਕ ਗੱਲ ਮੈਂ ਹੋਰ ਦੱਸ ਦੇਣਾ ਚਾਹੁੰਦਾ ਵੀ ਕਾਰ ਦੇ ਲਾਏ ਤਾਂ ਆਪਾਂ ਪਵਾਉਣ ਹੀ ਪਵਾਉਂਦੇ ਹਾਂ, ਪਰ ਕਾਰ ਦੇ ਲਾਏ ਜਿਹੜੇ ਨੇ ਅੱਡੋ ਅੱਡ ਨੇ, ਐ ਨਹੀਂ ਹੈਗਾ, ਵੱਖ ਵੱਖ ਡਿਫਰੈਂਟ ਜਿਹੜੇ ਤਰੀਕੇ ਦੇ ਨਾਲ ਲਾਏ ਨੇ। ਕੋਈ ਐਸ ਵਾਲੇ ਨੇ, ਕੋਈ ਝਾਕਰੀ ਵਾਲੇ ਨੇ, ਕੋਈ ਮਤਲਬ ਆਡੀ ਵਾਲੇ ਨੇ। ਆਹ ਦੇਖ ਲਓ ਆਹ ਵੱਖਰੇ ਲਾਏ ਇੱਧਰ ਹੋਏ, ਦਿਖਾ ਲਾਏ ਦੀ ਨਿਗਾਹ ਮਾਰੀ ਚੱਲ, ਨਾਈ ਲਾਏ ਦਿਖਾਈ ਚੱਲ, ਕਹਿੰਦੇ ਵੀ ਲਾਏ 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 ਲਾਏ। ਇਹਦੇ ਤਾਂ 50 ਨੰਬਰ ਦੇ ਲਾਏ ਅੱਡ ਨੇ, ਅਲਟੋ ਖੜੀ, ਅਲਟੋ ਦੇ ਵੀ ਲਾਏ ਪਵਾ ਛੱਡੇ ਨੇ ਯਾਰ, ਬਾਕੀ ਗੱਲਾਂ ਛੱਡੋ। ਅਲਟੋ ਖੜੀ ਹੈ ਪਿੱਛੇ 2010 ਮਾਡਲ ਬੰਗ ਵਰਗੀ, ਉਹਦੇ ਵੀ ਲਾਏ ਪਵਾਏ ਹੋਏ ਨੇ। ਆਪਾਂ ਅਲਟੋ ਵੀ ਨਹੀਂ ਛੱਡੀ ਵੀ ਉਹ ਵੀ ਨਾਰਾਜ਼ ਨਹੀਂ ਕਰੀ ਹੈਗੀ, ਉਹਦੇ ਵੀ ਲਾਏ ਪਵਾ ਦੇ ਆਪਾਂ ਨੇ। ਸੋ ਅਗਲੀ ਤੁਹਾਨੂੰ ਕਾਰ ਦਿਖਾ ਦਈਏ, 2015 ਮਾਡਲ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਟੌਪ ਮਾਡਲ, ਜਿਹੜਾ ਟੌਪ ਵੈਰੀਅੰਟ ਆ ਜਾਂਦਾ 2015 ਮਾਡਲ 'ਚ। ਨਾਲ ਤਾਂ ਬਾਈ ਬੰਪਰਾਂ ਦੀ ਸ਼ੇਪ ਚੇਂਜ ਆ ਅਤੇ ਨਾਲੇ ਲਾਈਟਾਂ, ਬਿਲਕੁਲ ਲਾਈਟਾਂ ਵੀ ਨਵੀਆਂ ਨੇ। 2015 ਮਾਡਲ ਓਨਰ ਕਾਰ ਫਸਟ ਆ ਅਤੇ ਪੂਰੀ ਘੈਂਟ ਕਾਰ ਆ, ਰੇਟ ਵੀ ਕਾਰ ਦਾ ਬਹੁਤ ਜੈਨੂਅਨ ਆ। ਅਤੇ ਇੱਕ ਤੁਹਾਡੇ ਸਾਹਮਣੇ ਹੋਰ ਸ਼ੁਰਲੀ ਦਿਖਾ ਦਿੰਦੇ ਹਾਂ ਸੰਦੀਪ ਇੱਧਰ ਲਿਆ, ਆਹ ਦੇਖੋ ਆਹ ਖੜੀ ਆ ਜੀ 2010 ਮਾਡਲ ਓਨਰ ਕਾਰ, ਇਹ ਵੀ ਫਸਟ ਮਿਲੂਗੀ ਅਤੇ ਕਾਰ ਬਿਲਕੁਲ ਘੈਂਟ ਕਾਰ ਮਿਲੂਗੀ। ਸੋ ਇੰਜਣ ਗੇਅਰ ਦੀ ਆਪਣੀ ਸਾਰੀਆਂ ਕਾਰਾਂ ਦੀ ਗਰੰਟੀ ਆ, ਡਾਕੂਮੈਂਟ ਦੀ ਆਪਣੀ ਗਰੰਟੀ ਆ, ਐਕਸੀਡੈਂਟ ਦੀ ਆਪਣੀ ਗਰੰਟੀ ਆ, ਅਤੇ ਬਾਡੀ ਲੈਣ ਦੀ ਗਰੰਟੀ ਆ। ਕੋਈ ਗੱਡੀ ਦਾ ਪੀਸ, ਕੋਈ ਗੱਡੀ ਦਾ ਗੋਡਾ, ਕੋਈ ਗੱਡੀ ਦਾ ਪਿੱਲਰ, ਕਿਸੇ ਦਾ ਕੁਛ ਵੀ ਚੇਂਜ ਨਹੀਂ ਹੈਗਾ। ਅਤੇ ਗੱਡੀ ਮਿਲੂਗੀ ਤੁਹਾਨੂੰ ਜੈਨੂਅਨ, ਅਤੇ ਤੁਹਾਨੂੰ ਕੰਮ ਕੁਛ ਵੀ ਕਰਾਉਣਾ ਨਹੀਂ ਪਊਗਾ। ਅਤੇ ਕੰਮ ਤੁਸੀਂ ਕੀ ਕਰਨਾ, ਤੁਹਾਡੇ ਕਰਨ ਵਾਲਾ ਕੰਮ ਮੈਂ ਦੱਸਦਾ, ਤੁਸੀਂ ਨੇ PV 13,000 'ਤੇ ਆਉਣਾ, ਕਾਰ ਪਸੰਦ ਕਰਨੀ ਆ ਅਤੇ ਕਾਰ ਘਰ ਲੈ ਕੇ ਜਾਣੀ ਆ, ਅਤੇ ਕਾਰ ਦਾ ਲੈਣਾ, ਇੰਜੋਏ ਚਲਾ ਕੇ ਕਾਰ ਆਨੰਦ ਮਾਣਨਾ। ਸੋ ਸਾਡੀ ਵੀਡੀਓ ਜੇ ਵਧੀਆ ਲੱਗੀ ਤਾਂ ਸਾਡਾ ਚੈਨਲ, ਜੇ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਕਰ ਲਓ ਸਬਸਕ੍ਰਾਈਬ। ਅਤੇ ਜਿਹੜੀ ਵੀ ਤੁਹਾਨੂੰ ਕਾਰ ਚਾਹੀਦੀ ਆ, ਇਹ ਉੱਪਰਲਾ ਮਾਡਲ ਚਾਹੀਦਾ 16, 17, 18, 19, 20 ਵਰਨਾ ਚਾਹੀਦੀ ਆ, ਜਾਂ ਤੁਹਾਨੂੰ ਕੋਈ ਹੋਰ ਵੀ ਕਾਰ ਚਾਹੀਦੀ ਆ ਤਾਂ ਕਮੈਂਟ ਕਰਕੇ ਦੱਸੋ। ਅਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਦਬਾ ਲਿਓ। ਅਤੇ ਅਗਲੇ ਵਲੌਗ ਦੇ ਵਾਸਤੇ ਮਿਲਦੇ ਹਾਂ ਫਿਰ, ਸਤਿ ਸ਼੍ਰੀ ਅਕਾਲ।